ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਮਾਤ ਚੌਥੀ ਵਿਸ਼ਾ ਗਣਿਤ ਵਿੱਚ ਮਿਸ਼ਨ 100% ਤਹਿਤ ਅੱਜ ਅਸੀਂ ਅਭਿਆਸ ਸ਼ੀਟ 5 ਦੇ 5 ਤੋਂ ਲੈ ਕੇ 9 ਤੱਕ ਸਵਾਲ ਹੱਲ ਕਰਾਂਗੇ ਤਾਂ ਆਓ ਸ਼ੁਰੂ ਕਰੀਏ ਪਿਆਰੇ ਬੱਚਿਓ ਪੰਜਵਾਂ ਸਵਾਲ ਹੈ ਦਿੱਤੀ ਅਕ੍ਰਿਤੀ ਦੇ ਕਿੰਵੇਂ ਹਿੱਸੇ ਵਿੱਚ ਰੰਗ ਕੀਤਾ ਹੈ ਇਸ ਦੇ ਸਹੀ ਉੱਤਰ ਦੀ ਚੋਣ ਲਈ ਚਾਰ ਵਿਕਲਪ ਦਿੱਤੇ ਹਨ ਤਾ ਬੱਚਿਓ ਸਭ ਤੋਂ ਪਹਿਲਾਂ ਅਸੀਂ ਆਕ੍ਰਿਤੀ ਬਾਰੇ ਦੇਖਦੇ ਹਾਂ ਆਕ੍ਰਿਤੀ ਵਿੱਚ 1 2 3 4 ਹਿੱਸੇ ਹਨ ਜਿਸ ਨੂੰ ਅਸੀਂ ਹੱਲ ਦੇ ਰੂਪ ਵਿੱਚ ਲਿਖਦੇ ਹਾਂ ਅਤੇ ਇੱਕ ਰੰਗਦਾਰ ਭਾਗ ਹੈ ਜਿਸ ਨੂੰ ਅਸੀਂ ਅੰਸ਼ ਰੂਪ ਵਿੱਚ ਲਿਖਦੇ ਹਾਂ ਤਾਂ ਬੱਚਿਓ ਆਕ੍ਰਿਤੀ ਵਿੱਚ 1/4 ਹਿੱਸਾ ਰੰਗਦਾਰ ਹੈ ਤਾਂ ਦਿੱਤੇ ਹੋਏ ਚਾਰ ਵਿਕਲਪਾਂ ਵਿੱਚੋਂ ਅਸੀਂ ਸਹੀ ਉੱਤਰ ਦੀ ਚੋਣ ਕਰਦੇ ਹਾਂ ਉੜਾ ਵਿਕਲਪ ਹੈ ਅਦਾ ਭਾਗ ਜੋ ਇਸ ਦਾ ਸਹੀ ਉੱਤਰ ਨਹੀਂ ਹੈ ਐੜਾ ਵਿਕਲਪ ਹੈ 1/4 ਜੋ ਕਿ ਇਸ ਦਾ ਸਹੀ ਉੱਤਰ ਹੈ ਇਸ ਲਈ ਅਸੀਂ ਐੜੇ ਵਿਕਲਪ ਉਪਰ ਠੀਕ ਦਾ ਨਿਸ਼ਾਨ ਲਗਾਵਾਂਗੇ ਪਿਆਰੇ ਬੱਚਿਓ 6ਵਾਂ ਸਵਾਲ ਹੈ ਕਿਹੜਾ ਚਿੱਤਰ ਦਿੱਤੇ ਚਿੱਤਰ ਦੇ ਰੰਗਦਾਰ ਭਾਗ ਦੀ ਤੁਲ্য ਪਿੰਨ ਦਰਸਾ ਰਿਹਾ ਹੈ ਤਾਂ ਬੱਚਿਓ ਇਸ ਦੇ ਉੱਤਰ ਲਈ ਸਾਡੇ ਕੋਲ ਚਾਰ ਵਿਕਲਪ ਹਨ ਤਾਂ ਸਹੀ ਉੱਤਰ ਦੀ ਚੋਣ ਲਈ ਬੱਚਿਓ ਸਭ ਤੋਂ ਪਹਿਲਾਂ ਅਸੀਂ ਊੜਾ ਵਿਕਲਪ ਦੇਖਦੇ ਹਾਂ ਊੜੇ ਵਿਕਲਪ ਵਿੱਚ ਦੇਖੋ ਬੱਚਿਓ ਅਕ੍ਰਿਤੀ ਵਿੱਚ ਲਿਆ ਰੰਗ ਵਾਲਾ ਭਾਗ ਪ੍ਰਸ਼ਨ ਵਿੱਚ ਦਿੱਤੀ ਹੋਈ ਅਕ੍ਰਿਤੀ ਦੇ ਰੰਗ ਵਾਲੇ ਭਾਗ ਦੇ ਬਰਾਬਰ ਹੈ ਬੱਚਿਓ ਹੁਣ ਤੱਕ ਤੁਸੀਂ ਸਿੱਖ ਚੁੱਕੇ ਹੋ ਕਿ ਜਿਹੜੀਆਂ ਪਿੰਨਾ ਕਿਸੇ ਪੂਰਨ ਦੇ ਬਰਾਬਰ ਹਿੱਸਿਆਂ ਨੂੰ ਦਰਸਾਉਂਦੀਆਂ ਹਨ ਉਹਨਾਂ ਨੂੰ ਤੁਲ ਪਿੰਨਾ ਕਹਿੰਦੇ ਹਨ ਤਾਂ ਦੇਖੋ ਬੱਚਿਓ ਊੜੇ ਵਿਕਲਪ ਵਿੱਚ ਦਿੱਤੀ ਹੋਈ ਅਕ੍ਰਿਤੀ ਵਿੱਚਲਾ ਰੰਗਦਾਰ ਭਾਗ ਪ੍ਰਸ਼ਨ ਵਿੱਚ ਦਿੱਤੀ ਹੋਈ ਅਕ੍ਰਿਤੀ ਦੇ ਰੰਗਦਾਰ ਭਾਗ ਦੇ ਬਰਾਬਰ ਹੈ ਇਸ ਲਈ ਇਹ ਇਸ ਦੀ ਤੁਲਬਿੰਨ ਹੈ ਇਸ ਲਈ ਊੜਾ ਵਿਕਲਪ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਊੜੇ ਵਿਕਲਪ ਉੱਪਰ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ ਬੱਚਿਓ ਹੁਣ ਸਤਵਾਂ ਪ੍ਰਸ਼ਨ ਦੇਖਦੇ ਹਾਂ 100 ਰੁਪਏ ਦੇ ਨੋਟ ਬਦਲੇ 10 ਰੁਪਏ ਦੇ ਕਿੰਨੇ ਨੋਟ ਮਿਲਣਗੇ ਤਾਂ ਬੱਚਿਓ ਇਸ ਦੇ ਸਹੀ ਉੱਤਰ ਲਈ ਚਾਰ ਵਿਕਲਪ ਹਨ ਬੱਚਿਓ 100 ਦੇ ਨੋਟ ਦੇ ਬਦਲੇ 10 ਦੇ ਕਿੰਨੇ ਨੋਟ ਮਿਲਣਗੇ ਇਹ ਦੇਖਣ ਲਈ ਅਸੀਂ 10 ਦੇ ਨੋਟਾਂ ਨੂੰ ਗਿਣਨਾ ਸ਼ੁਰੂ ਕਰਦੇ ਹਾਂ 10 ਦਾ 1 ਨੋਟ 10 ਰੁਪਏ 2 ਨੋਟ 20 ਰੁਪਏ 3 ਨੋਟ 30 ਰੁਪਏ 4 ਨੋਟ 40 ਰੁਪਏ 5 نوٹ 50 ਰੁਪਏ ਇਸੇ ਤਰ੍ਹਾਂ ਬੱਚਿਓ 6 نوٹ 60 ਰੁਪਏ 7 نوٹ 70 ਰੁਪਏ 8 نوٹ 80 ਰੁਪਏ 9 نوٹ 90 ਰੁਪਏ ਅਤੇ 10 نوٹ 100 ਰੁਪਿਆ ਹੁੰਦੇ ਹਨ ਤਾਂ ਬੱਚਿਓ 100 ਰੁਪਏ ਦੇ نوٹ ਦੇ ਬਦਲੇ 10 ਰੁਪਏ ਦੇ 10 نوٹ ਆਉਣਗੇ ਇਸ ਲਈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ 10 نوٹ ਤਾਂ ਚਾਰਾਂ ਵਿਕਲਪਾਂ ਵਿੱਚੋਂ ਅਸੀਂ ਸਹੀ ਉੱਤਰ ਦੀ ਚੋਣ ਕਰਦੇ ਹਾਂ ਤਾਂ ਦੇਖੋ ਬੱਚਿਓ ਊੜਾ ਵਿਕਲਪ ਹੈ ਵੀ ਨੋਟ ਏ ਇਸ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਹੈ ਐੜਾ ਵਿਕਲਪ ਪੰਜ ਨੋਟ ਇਹ ਵੀ ਇਸ ਦਾ ਸਹੀ ਉੱਤਰ ਨਹੀਂ ਹੈ ਈੜੀ ਵਿਕਲਪ 10 ਨੋਟ ਏ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਇਸ ਲਈ ਅਸੀਂ ਈੜੀ ਵਿਕਲਪ ਉੱਪਰ ਸਹੀ ਦਾ ਨਿਸ਼ਾਨ ਲਗਾਵਾਂਗੇ ਅਠਵਾਂ ਸਵਾਲ ਹੈ ਬੱਚਿਓ ਅਵਨੀਤ ਸਿੰਘ ਕੋਲ 100 ਰੁਪਏ ਦੇ 5 ਨੋਟ ਅਤੇ 10 ਰੁਪਏ ਦੇ 4 ਨੋਟ ਹਨ ਜਦੋਂ ਕਿ ਸੁਖਦੇਵ ਸਿੰਘ ਕੋਲ 100 ਰੁਪਏ ਦੇ 4 ਨੋਟ ਅਤੇ 10 ਰੁਪਏ ਦੇ 8 ਨੋਟ ਹਨ ਕਿਸ ਕੋਲ ਵੱਧ ਰਾਸ਼ੀ ਹੈ ਇਸ ਦੇ ਸਹੀ ਉੱਤਰ ਲਈ ਸਾਡੇ ਕੋਲ ਚਾਰ ਵਿਕਲਪ ਹਨ ਹੁਣ ਦੇਖੋ ਬੱਚਿਓ ਅਵਨੀਤ ਕੋਲ 100 ਰੁਪਏ ਦੇ ਪੰਜ ਨੋਟ ਅਤੇ 10 ਰੁਪਏ ਦੇ ਚਾਰ ਨੋਟ ਹਨ ਤਾਂ 100 ਰੁਪਏ ਦੇ ਪੰਜ ਨੋਟ ਗਿੰਦੇ ਹਨ ਕਿੰਨੀ ਰਕਮ ਬੰਦੀ ਹੈ 100 200 300 400 500 ਇਸੇ ਤਰ੍ਹਾਂ 10-10 ਦੇ ਨੋਟ ਗਿੰਦੇ ਹਨ 510 520 530 540 ਇਸ ਤਰ੍ਹਾਂ ਬੱਚਿਓ ਅਵਨੀਤ ਸਿੰਘ ਕੋਲ 540 ਰੁਪਏ ਦੀ ਰਕਮ ਹੈ ਅਤੇ ਸੁਖਦੇਵ ਸਿੰਘ ਦੇ ਕੋਲ ਰਕਮ ਦੇਖਦੇ ਹਾਂ ਸੁਖਦੇਵ ਸਿੰਘ ਕੋਲ 100 ਦੇ ਨੋਟ ਹਨ 4ਾਂ ਰਕਮ ਬੰਦੀ ਹੈ 100 200 300 400 ਅਤੇ 10 ਰੁਪਏ ਦੇ ਨੋਟ ਹਨ 8 ਇਸ ਲਈ 10ਾਂ ਦੇ ਨੋਟਾਂ ਦੀ ਰਕਮ ਬੰਦੀ ਹੈ 410 420 430 440 450 460 470 480 ਹੁਣ ਦੇਖੋ ਬੱਚਿਓ ਅਵਨੀਤ ਸਿੰਘ ਕੋਲ 540 ਰੁਪਏ ਅਤੇ ਸੁਖਦੇਵ ਸਿੰਘ ਕੋਲ 480 ਰੁਪਏ ਹਨ ਤਾਂ ਦੇਖੋ ਬੱਚਿਓ ਅਵਨੀਤ ਸਿੰਘ ਕੋਲ ਸੁਖਦੇਵ ਸਿੰਘ ਨਾਲੋਂ ਵੱਧ ਰਾਸ਼ੀ ਹੈ ਤਾਂ ਦੇਖੋ ਬੱਚਿਓ ਪ੍ਰਸ਼ਨ ਦੇ ਉੱਤਰ ਵਿੱਚ ਦਿੱਤੇ ਹੋਏ ਚਾਰ ਵਿਕਲਪਾਂ ਵਿੱਚੋਂ ਊੜਾ ਵਿਕਲਪ ਅਵਨੀਤ ਸਿੰਘ ਕੋਲ ਇਸ ਦਾ ਸਹੀ ਉੱਤਰ ਹੈ ਊੜੇ ਵਿਕਲਪ ਤੇ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ ਪਿਆਰੇ ਬੱਚਿਓ ਹੁਣ ਅਸੀਂ ਨੋਵਾਂ ਸਵਾਲ ਦੇਖਦੇ ਹਾਂ ਚਾਕ ਦੀ ਲੰਬਾਈ ਦੱਸੋ ਤਾਂ ਬੱਚਿਓ ਇਸ ਦੇ ਸਹੀ ਉੱਤਰ ਲਈ ਚਾਰ ਵਿਕਲਪ ਦਿੱਤੇ ਗਏ ਹਨ ਤਾਂ ਬੱਚਿਓ ਚਿੱਤਰ ਵਿੱਚ ਦੇਖੋ ਚਾਕ ਦੀ ਲੰਬਾਈ 0 ਤੋਂ ਸ਼ੁਰੂ ਹੁੰਦੀ ਹੈ 0 ਤੋਂ ਬਾਅਦ ਅਸੀਂ ਅੱਗੇ ਗਿੰਦੇ ਹਾਂ ਕਿ ਚਾਕ ਦੀ ਲੰਬਾਈ ਕਿੰਨੇ ਸੈਂਟੀਮੀਟਰ ਹੈ 0 ਤੋਂ ਬਾਅਦ ਹੈ 1 ਸੈਂਟੀਮੀਟਰ 2 ਸੈਂਟੀਮੀਟਰ 3 ਸੈਂਟੀਮੀਟਰ 4 ਸੈਂਟੀਮੀਟਰ 5 ਸੈਂਟੀਮੀਟਰ ਅਤੇ 6 ਸੈਂਟੀਮੀਟਰ ਤਾਂ 6 ਸੈਂਟੀਮੀਟਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਪ੍ਰਸ਼ਨ ਦੇ ਉੱਤਰ ਵਿੱਚ ਦਿੱਤੇ ਚਾਰ ਵਿਕਲਪਾਂ ਵਿੱਚੋਂ ਪਹਿਲਾ ਵਿਕਲਪ ਹੈ ਊੜਾ ਵਿਕਲਪ 4 ਸੈਂਟੀਮੀਟਰ ਜੋ ਇਸ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਹੈ ਐੜਾ ਵਿਕਲਪ 6 ਸੈਂਟੀਮੀਟਰ ਜੋ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਇਸ ਲਈ ਬੱਚਿਓ ਅਸੀਂ ਐੜਾ ਵਿਕਲਪ ਉੱਪਰ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ प्यारे बच्चों ਹੁਣ ਸਮਾਂ ਹੈ ਘਰ ਦੇ ਕੰਮ ਦਾ ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਮਿਸ਼ਨ 70% ਅਭਿਆਸ ਸ਼ੀਟ 5 ਦੇ 5 ਤੋਂ 9 ਤੱਕ ਸਵਾਲ ਆਪਣੀ ਕਾਪੀਆਂ ਉੱਪਰ ਹੱਲ ਕਰਨੇ ਹਨ ਤਨਵਾ